everyone, it's me, Lalima, and you guys are watching Fashion This Week. Raag di duniya de naal naal Badshah fashion ate style statement di gal kariye na ta us duniya de vi Badshah ne. ਵੈਸੇ ਲਾਸਟ ਇਅਰ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਕਿ ਬਾਦਸ਼ਾਹ ਨੇ ਡੈਬਿਊ ਕੀਤਾ ਸੀ ਕੋਫੀ ਵਿਦ ਕਰਨ ਦੇ ਵਿੱਚ, ਜਿੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਉਹਨਾਂ ਦੀ ਜੋੜੀ ਦਿਲਜੀਤ ਦੇ ਨਾਲ ਬਹੁਤ ਜ਼ਿਆਦਾ ਪਸੰਦ ਕੀਤੀ ਗਈ। ਬਾਦਸ਼ਾਹ ਦਾ ਨਾ ਬੈਲੈਂਸੀਆ ਦਾ ਫੇਵਰੇਟ ਬ੍ਰਾਂਡ ਹੈ ਤੇ ਉਹਨਾਂ ਨੇ ਉਸਦੀ ਵੇਅਰ ਕੀਤੀ ਸੀ ਓਵਰ ਸਾਈਜ਼ ਟੀ ਸ਼ਰਟ ਤੇ ਇਸ ਟੀ ਸ਼ਰਟ ਦੇ ਵਿੱਚ ਨਾ ਬਾਦਸ਼ਾਹ ਕਾਫੀ ਕਮਾਲ ਲੱਗ ਰਹੇ ਸੀ। ਤੇ ਹੁਣ ਆਉਂਦੀ ਹੈ ਉਸਦੀ ਕੋਸਟ ਦੀ ਗੱਲ ਤੇ ਉਹਦੀ ਕੋਸਟ ਹੈ 50,000 ਰੁਪੀਜ਼। ਇਜ਼ਨ ਦੈਟ ਅਮੇਜ਼ਿੰਗ। ਵੈਲ ਬਾਦਸ਼ਾਹ ਨੂੰ ਪਸੰਦ ਹੈ ਸਵੈਟ ਸ਼ਰਟਸ ਵੇਅਰ ਕਰਨਾ ਤੇ ਉਹਨਾਂ ਦੇ ਕੋਲ ਕਲੈਕਸ਼ਨ ਹੈ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਦੇ ਸਵੈਟ ਸ਼ਰਟਸ ਦਾ। ਤੇ ਗੱਲ ਕਰੀਏ ਤੇ ਉਹਨਾਂ ਕੋਲ ਹੈ ਸ਼ੈਲ ਟ੍ਰੈਕ ਜੈਕਟ ਦੀ ਇੱਕ ਸਵੈਟ ਸ਼ਰਟ ਜੋ ਪਾਉਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਜੇ ਆਪਾਂ ਗੱਲ ਕਰੀਏ ਉਹਨਾਂ ਦੇ ਇਸ ਸ਼ੈਲ ਟ੍ਰੈਕ ਜੈਕਟ ਦੀ ਤੇ ਇਸ ਦੀ ਕੋਸਟ ਹੈ 60,000 ਰੁਪੀਜ਼। ਓਏ ਇੰਨੇ ਮਹਿੰਗੇ ਬ੍ਰਾਂਡਡ ਕੱਪੜੇ ਤਾਂ ਤੁਹਾਡੇ ਹੋਸ਼ ਹੀ ਉਡਾ ਦਿੰਦੇ ਨੇ। ਬਾਦਸ਼ਾਹ ਦੇ ਕਲੋਥਿੰਗ ਬ੍ਰਾਂਡ ਦੀ ਗੱਲ, ਵੈਲ ਉਹਨਾਂ ਕੋਲ ਸ਼ੂਜ਼ ਦੀ ਕਲੈਕਸ਼ਨ ਦੀ ਗੱਲ ਕਰੀਏ ਇਹ ਤਾਂ ਪੱਕਾ ਤੁਹਾਡੇ ਹੋਸ਼ ਉਡਾ ਦੇਣਗੇ। ਵੈਲ ਉਹਨਾਂ ਕੋਲ ਸ਼ੂਜ਼ ਨੇ 1.5 ਕਰੋੜ ਤੱਕ ਦੇ। ਵੈਲ ਇਦਾਂ ਦੇ ਸ਼ੂਜ਼ ਯਾਨੀ ਕਿ ਇੰਨੇ ਮਹਿੰਗੇ ਸ਼ੂਜ਼ ਤਾਂ ਬਾਦਸ਼ਾਹ ਕੋਲ ਹੀ ਹੋ ਸਕਦੇ ਨੇ। ਜਿਵੇਂ ਕਿ ਅਸੀਂ ਇੰਟਰੋਡਕਸ਼ਨ ਵਿੱਚ ਹੀ ਗੱਲ ਕੀਤੀ ਸੀ ਕਿ ਜਦੋਂ ਸਟਾਈਲ ਸਟੇਟਮੈਂਟ ਦੀ ਗੱਲ ਆਉਂਦੀ ਹੈ, ਬ੍ਰਾਂਡਡ ਦੀ ਗੱਲ ਆਉਂਦੀ ਹੈ ਤੇ ਬਾਦਸ਼ਾਹ ਨਾ ਉਸ ਮਾਮਲੇ ਵਿੱਚ ਵੀ ਬਾਦਸ਼ਾਹ ਨੇ। ਅਗਲੇ ਹਫਤੇ ਤੇ ਕਰਾਂਗੇ ਕਿਸੇ ਹੋਰ ਸੈਲੀਬ੍ਰਿਟੀ ਦੇ ਫੈਸ਼ਨ ਦੀ ਗੱਲ। ਹੁਣ ਮੈਨੂੰ ਦਿਓ ਇਜਾਜ਼ਤ, ਪਰ ਤੁਸੀਂ ਦੇਖਦੇ ਰਹੋ ਫੈਸ਼ਨ ਦਿਸ ਵੀਕ।